ਪੇਸ਼ ਹੋਇਆ ਨਾ ਜੱਜ ਦੇ ਸਾਹਮਣੇ, ਉਹ ਜੱਜ ਜਿਹੜਾ ਇਹਨੇ ਉਸ ਨੂੰ 4000 ਰੁਪਇਆ ਜੁਰਮਾਨਾ ਕਰ ਦਿੱਤਾ। ਜਿਹੜਾ ਵਕੀਲ ਹੈ ਉਸ ਆਖਿਆ ਜਨਾਬ ਇਹ ਬੰਦਾ ਬਹੁਤ ਗਰੀਬ ਹੈ। ਜੱਜ ਆਖਿਆ ਚਲੋ 3000 ਦੇਵੇਗਾ। ਵਕੀਲ ਆਖਿਆ ਜੀ ਬੰਦਾ ਬਹੁਤ ਗਰੀਬ ਹੈ। ਜੱਜ ਆਖਿਆ ਜੀ 2000 ਦੇਵੇਗਾ। ਵਕੀਲ ਉਸ ਲਈ ਆਪਣੀ ਅਸਲ ਜਿਹੜਾ ਨਾ ਉੱਜਰ ਵਾਲੇ ਪਾਸੇ ਆਉਣ ਲੱਗਾ। ਉਸ ਆਖਿਆ ਜਨਾਬ ਮੈਂ ਤੁਹਾਨੂੰ ਅਗਰ ਇਸ ਦੀ ਹਾਲਤ ਦੱਸਾਂ, ਇਹਦੀ ਕੀ ਕੰਡੀਸ਼ਨ ਹੈ, ਇਹਦੇ ਨਾਲ ਕੀ ਹੋਇਆ ਹੋਇਆ ਇੰਨੇ ਤੀਕਰ ਜਿਹੜਾ ਨਾ ਸਹਿਲ ਉਹ ਬੋਲਿਆ। ਉਸ ਆਖਿਆ ਜੱਜ ਸਾਹਿਬ ਇੱਡੇ ਤਾਂ ਗਰੀਬ ਨਸ ਜਿਹੜੀ ਰੜੀ ਇਹਨਾਂ ਵਕੀਲਾਂ ਕਰ ਛੱਡੀ ਹੈ, ਸਾਨੂੰ ਇਹ ਜਿਹੜਾ ਇੱਕ ਤਾੜੀ ਮਾਰਨੀ ਹੈ ਜੀ। ਐਵੇਂ 2 ਮਿੰਟ ਦੀ ਹਾਜ਼ਰੀ ਹੈ ਇਨਸ਼ਾਅੱਲਾ, ਮਿਹਰਬਾਨੀ ਇਹਦੇ ਨਾਲ 2 ਮਿੰਟ ਦੀ ਹਾਜ਼ਰੀ ਹੈ। ਕੋਈ ਜ਼ਿਆਦਾ ਜਿਹੜਾ ਨਾ ਟਾਈਮ ਦੋਸਤਾਂ ਦਾ ਵੇਸਟ ਨਹੀਂ ਕਰਨਾ। ਮੋੜੇ ਸਿਆਲ ਬਰਾਦਰੀ ਹੈ ਜੀ, ਅਸੀਂ ਵੀ ਬੰਨੇ ਤਰੁੱਟੇ ਸਿਆਲ ਹੀ ਹਾਂ, ਸਿਆਲਾਂ ਦਾ ਹੀ ਇਹ ਮੇਲਾ ਹੈ ਜੀ। ਚਲੋ ਅਸੀਂ ਖਰਖਰਾ ਮਾਰਨ ਵਾਲੇ ਉਸ ਐਂ ਪਰ ਹਾਂ ਸਿਆਲ ਹੀ। ਬਦਰ ਭਾਈ 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 ਬਾਈ ਬਸ਼ੀਰ ਫੈਜ਼ ਦਾ ਕਮੀਂਡਾ ਟਾ ਜਿਹਾ ਹੁਕਮ ਆਈ ਜੀ। ਮੈਂ ਮੁਸ਼ਾਇਰੇ ਵਾਲੇ ਮਾਮਲੇ 'ਚ ਬੜਾ ਕੰਜੂਸ ਜਿਹਾ ਹਾਂ ਜੀ, ਕਿਵੇਂ ਜੀ ਪਰਦੇਸੀ ਜਿਹਾ ਲੋਕ ਹੈ ਕਿ ਬਾਈ ਜ਼ਫਰ ਅਸੀਂ ਤੈਨੂੰ ਬੜਾ ਹੀ ਟੇਕ ਕੇ ਸੁਣਿਆ। ਇੱਕ ਵਾਰੀ ਜੇ 2 ਮਿੰਟ ਜਿੰਨੇ ਸੱਤ ਰੱਖੀ ਮਿਲਾ ਹੈ ਨਾ ਕਿ ਅਲਿਫੇ ਤਦਾ ਮੇਰੀ ਬਿਨਾ ਇਲਜ਼ਾਮ ਲਿਖਣੀ ਹੈ। ਮੈਂ ਬਿਲਕੁਲ ਥੋੜਾ ਜਿਹਾ ਵਕਤ ਲੈਣਾ ਹੈ ਬਈ ਬਸ਼ੀਰ ਬੈਠੇ ਨੇ। ਅਲਿਫ ਇਬਤਦਾ ਮੇਰੀ ਬਿਨਾ ਇਲਜ਼ਾਮ ਲਿਖਣੀ ਹੈ, ਅਜਾ ਮੈਂ ਮੀਮ ਲਿਖਣੀ ਹੈ, ਅਜਾ ਮੈਂ ਲਾਮ ਲਿਖਣੀ ਹੈ। ਅਲਿਫ ਇਬਤਦਾ ਮੇਰੀ ਬਿਨਾ ਇਲਜ਼ਾਮ ਲਿਖਣੀ ਹੈ, ਅਜਾ ਮੈਂ ਮੀਮ ਲਿਖਣੀ ਹੈ, ਅਜਾ ਮੈਂ ਲਾਮ ਲਿਖਣੀ ਹੈ। ਤਵੱਜੋ ਕਰਨੀ ਹੈ ਕਿ ਅਜਾ ਮੈਂ ਮੀਮ ਲਿਖਣੀ ਹੈ, ਅਜਾ ਮੈਂ ਲਾਮ ਲਿਖਣੀ ਹੈ। ਮੇਰਾ ਮਕਸਦ ਹਯਾਤੀ ਦਾ ਅਜੇ ਪੂਰਾ ਕਦੋਂ ਹੋਇਆ ਹੈ, ਅਜਾ ਕੂਫੇ ਦਾ ਪਦ ਲਿਖਣਾ ਹੈ, ਅਜਾ ਇੱਕ ਸ਼ਾਮ ਲਿਖਣੀ ਹੈ। ਇੱਕ 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 ਹੋਰ ਕੀਤਾ ਤੰਗ ਪਾਣੀ ਪਾਣੀ ਦੇ ਰੂਪ ਕਿਤਨੇ ਨੇ ਰਾਵੀ ਗਿਰੋਹ ਵਾਲੇ ਉਹ ਮੇਰੀ ਇੱਕ ਬੋਲੀ ਹੈ ਜਗਮ ਬਾਈ ਵੀ ਸਾਨੂੰ ਕਿਸ ਵੇਲੇ ਨਹੀਂ ਆਈ ਤਾਂ ਦੱਸਿਆ ਇਹ ਰਾਵੀ ਤੇਰੇ ਵੱਲ ਕਿਤਨੇ ਨੇ। ਰਾਵੀ ਵਾਲਿਓ ਤਵੱਜੋ ਕਰਨੀ ਹੈ ਕਿ ਸੇ ਕਾਵੇ ਪਾਣੀ ਦੇ ਰੂਪ ਕਿਤਨੇ ਕਿ ਸੇ ਕਾਵੇ ਤੇ ਪਾਣੀ ਵੀ ਭਾਪ ਹੋ ਵੰਜੇ, ਉਤੂ ਡੱਠਾ ਤੇ ਰਾਮਤ ਦਾ ਮੀਂਹ ਬਣ ਗਿਆ, ਜਮ ਕੇ ਡੱਠਾ ਤੇ ਹਰ ਕੀ ਗੜਾ ਆਖਿਆ, ਡਹਿ ਕੇ ਜਮਿਆ ਤੇ ਉਹਦੀ ਬਰਫ ਬਣ ਗਈ, ਡੱਠਾ ਪੱਥਰਾਂ ਤੇ ਸ਼ਬਨਮ ਦਾ ਨਾਮ ਮਿਲ ਗਿਆ, ਨਿਕਲੇ ਪੱਥਰਾਂ ਚ ਪਾਣੀ ਵੀ